ਬੈਂਕ ਕਰਮਚਾਰੀਆਂ ਦੀ ਸਰਪਾਰਟੀ ਜਥੇਬੰਦੀ ਯੂनाइटेड ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ਤੇ ਪੰਜ ਬੈਂਕ ਕਰਮਚਾਰੀ ਅਤੇ ਚਾਰ ਬੈਂਕ ਅਧਿਕਾਰੀਆਂ ਦੀਆਂ ਯੂਨੀਅਨਾਂ ਨੇ ਅੱਜ ਲਗਾਤਾਰ ਦੂਜੇ ਦਿਨ ਹੜਤਾਲ ਜਾਰੀ ਰੱਖੀ ਇਸ ਹੜਤਾਲ ਵਿੱਚ ਬੈਂਕਾਂ ਦੀਆਂ ਬ੍ਰਾਂਚਾਂ ਦੇ ਪ੍ਰਬੰਧਕ ਅਤੇ ਕਰਮਚਾਰੀ ਸ਼ਾਮਲ ਹੋਏ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਬੈਂਕਾਂ ਦੀ ਇਸ ਹੜਤਾਲ ਦਾ ਜਲੰਧਰ ਵਿੱਚ ਵੀ ਅਸਰ ਹੋਇਆ ਹੈ ਹੜਤਾਲ ਕਾਰਨ ਜਲੰਧਰ ਸ਼ਹਿਰ ਦੀਆਂ ਕੋਈ 400 ਬੈਂਕ ਬ੍ਰਾਂਚਾਂ ਤੇ ਜ਼ਿਲ੍ਹੇ ਦੀਆਂ 750 ਬੈਂਕਾਂ ਪੂਰਨ ਤੌਰ ਤੇ ਬੰਦ ਰਹੀਆਂ ਇਸ ਹੜਤਾਲ ਕਾਰਨ ਬੈਂਕਾਂ ਦੀਆਂ ਸਾਲੀਆਂ ਵਾਵਾ ਠਾਪ ਰਹੀਆਂ ਬੈਂਕ ਮੁਲਾਜ਼ਮ ਆਪਣੀਆਂ ਬੈਂਕਾਂ ਦੇ ਬਾਹਰ ਰੋਸ ਮੁਜ਼ਾਹਰਾ ਕਰਦੇ ਨਜ਼ਰ ਆਏ ਇਹ ਹੜਤਾਲ ਸਰਕਾਰੀ ਬੈਂਕਾਂ ਦੀ ਨੀਜੀਕਰਨ ਦੀ ਨੀਤੀ ਵਿਰੁੱਧ ਕੀਤੀ ਗਈ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਨੀਜੀਕਰਨ ਦੀ ਨੀਤੀ ਨੂੰ ਵਾਪਸ ਲੈਣ ਦੀ ਮੰਗ ਕੀਤੀ